ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 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 ਚਿਰ ਨਹੀਂ ਮੈਂ ਪਹਿਲੀ ਕੋਸ਼ਿਸ਼ ਕਰ ਰਿਹਾ ਗੁਰੂ ਸਾਹਿਬ ਮੇਰ ਕਰਨ ਵਧੀਆ ਤੋਂ ਵਧੀਆ ਦੁਮਾਲਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਜੀ ਸੋਹਣਾ ਜਿਹਾ ਜੋੜਾ ਸਜਾਓਗੇ ਆਪ ਜੀ ਗੁਰੂ ਸਾਹਿਬ ਜੀ ਦਾ ਬਖਸ਼ਿਆ ਹੋਇਆ ਕੰਘਾ ਸਿਰ ਵਿੱਚ ਲਗਾਉਣਾ ਹੈ ਕੇਸਾਂ ਵਿੱਚ ਲਗਾਉਣਾ ਹੈ ਅਤੇ ਉਸ ਤੋਂ ਬਾਅਦ ਆਪ ਜੀ ਦੋ ਤਰੀਕੇ ਨਾਲ ਦੁਮਾਲਾ ਸਜਾ ਸਕਦੇ ਹੋ ਪਹਿਲਾਂ ਆਪ ਜੀ ਕੇਸਾਂ ਨੂੰ ਦਸਤਾਰ ਨੂੰ ਲਪੇਟ ਕੇ ਬੰਨ ਸਕਦੇ ਹੋ ਜਿਵੇਂ ਪਹਿਲਾਂ ਇਹ ਵਾਲਾ ਤਰੀਕਾ ਦੇਖਿਓ ਜਿਸ ਵਿੱਚ ਮੈਂ ਇੱਕ ਪਟਕੇ ਨਾਲ ਦਸਤਾਰ ਨਾਲ ਕੇਸਾਂ ਨੂੰ ਸੰਭਾਲਿਆ ਹੋਇਆ ਹੈ ਜਿਸ ਵਿੱਚ ਆਪ ਜੀ ਐਵੇਂ ਇਸ ਨੂੰ ਉੱਪਰ ਬੰਨ ਸਕਦੇ ਹੋ ਅੰਦਰ ਕੇਸ ਲਪੇਟ ਕੇ ਜੋੜਾ ਸਜਾਇਆ ਹੈ ਅੰਦਰ ਆਪ ਜੀ ਇੱਧਰ ਦੇਖ ਸਕਦੇ ਹੋ ਕਿ ਕੰਘਾ ਵੀ ਲਗਾਇਆ ਹੋਇਆ ਹੈ ਆਪ ਜੀ ਸਭ ਤੋਂ ਪਹਿਲਾਂ ਇੱਕ ਦਸਤਾਰ ਲੈ ਸਕਦੇ ਹੋ ਆਪ ਜੀ ਜਿੰਨੀ ਮਰਜ਼ੀ ਲੰਬੀ ਦਸਤਾਰ ਲੈ ਸਕਦੇ ਹੋ ਇਹ ਕਰੀਬ 3 ਮੀਟਰ ਦਸਤਾਰ ਹੋਏਗੀ ਆਪ ਜੀ ਇਸ ਨੂੰ ਦਸਤਾਰ ਨੂੰ ਬੇਸ ਬਣਾਉਣ ਵਾਸਤੇ ਅੰਦਰ ਬਣਨਾ ਹੈ ਕੋਈ ਸਫਾਈ ਦੀ ਕੋਈ ਲੋੜ ਨਹੀਂ ਬਸ ਆਪ ਜੀ ਇਹਨੂੰ ਸੋਹਣਾ ਟਾਈਟ ਜਿਹਾ ਬਣਨਾ ਹੈ ਜਿਸ ਵਿੱਚ ਇਹ ਮੋਟਾ ਨਹੀਂ ਹੋਣਾ ਚਾਹੀਦਾ ਅਤੇ ਇਹ ਸਾਰਾ ਪਲੇਨ ਹੋ ਜਾਏਗਾ ਇਹ ਤੁਸੀਂ ਦੇਖ ਰਹੇ ਹੋ ਕਿ ਮੈਂ ਉੱਪਰ ਲੈ ਕੇ ਜਾ ਰਿਹਾ ਜਿਸ ਵਾਸਤੇ ਇਹ ਪਲੇਨ ਹੋ ਜਾਏਗਾ ਅਤੇ ਇਹ ਜਿਹੜਾ ਗੈਪ ਹੈਗਾ ਇਹਨੂੰ ਅਸੀਂ ਫਿਲ ਕਰਨਾ ਹੈ ਤਾਂ ਕਿ ਇਹ ਸਾਰਾ ਬਰਾਬਰ ਹੋ ਜਾਵੇ ਅਤੇ ਆਪ ਜੀ ਦੇਖ ਰਹੇ ਹੋ ਕੋਈ ਜ਼ਿਆਦਾ ਸਫਾਈ ਦੀ ਲੋੜ ਨਹੀਂ ਹੈ ਇਸ ਦੇ ਉੱਪਰ ਆਪ ਜੀ ਇੱਕ ਹੋਰ ਦਸਤਾਰ ਲੈ ਸਕਦੇ ਹੋ ਇਹ ਵੀ ਇੰਨੀ ਕੁ ਲੰਬੀ ਹੋਏਗੀ ਆਪ ਜੀ ਦੀ ਮਰਜ਼ੀ ਹੈ ਆਪ ਜਿੰਨੀ ਮਰਜ਼ੀ ਲੰਬੀਆਂ ਹੋਰ ਦਸਤਾਰਾਂ ਸਜਾ ਸਕਦੇ ਹੋ ਜਿੰਨੀ ਆਪ ਜੀ ਨੂੰ ਲੋੜ ਹੈ ਅਤੇ ਆਪ ਜੀ ਸੰਭਾਲ ਸਕਦੇ ਹੋ ਦੁਮਾਲਾ ਜੇ ਸਜਾਉਣ ਲੱਗੇ ਹੋ ਤਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰਿਆ ਕਰੋ ਇਹ ਤੁਸੀਂ ਦੇਖ ਰਹੇ ਹੋ ਇਸ ਦੇ ਉੱਪਰ ਮੈਂ ਦੁਮਾਲਾ ਸਜਾ ਰਿਹਾ ਇਹਨੂੰ ਟਾਈਟ ਬੰਨਣਾ ਹੈ ਕਿਉਂਕਿ ਜੇ ਤੁਸੀਂ ਟਾਈਟ ਬੰਨੋਗੇ ਇਹ ਖੁੱਲੇਗਾ ਨਹੀਂ ਹਿੱਲੇਗਾ ਨਹੀਂ ਉੱਪਰੋਂ ਤੁਸੀਂ ਸਫਾਈ ਕਰ ਸਕਦੇ ਹੋ ਉੱਪਰੋਂ ਇਹ ਜਿਹੜਾ ਲੜ ਹੈਗਾ ਖੁੱਲ੍ਹਾ ਇਹਨੂੰ ਤੁਸੀਂ ਪਿੱਛੇ ਘੁਮਾ ਕੇ ਲੈ ਜਾਓ ਅਜੇ ਵੀ ਇੰਨੀ ਜ਼ਿਆਦਾ ਸਫਾਈ ਦੀ ਲੋੜ ਨਹੀਂ ਕਿਉਂਕਿ ਇਸ ਤੋਂ ਬਾਅਦ ਜਦੋਂ ਉੱਪਰ ਅਸੀਂ ਦੁਮਾਲਾ ਸਜਾਵਾਂਗੇ ਦੂਸਰੇ ਦਸਤਾਰਾ ਹੋਰ ਬੰਨਾਂਗੇ ਤਾਂ ਸਾਨੂੰ ਸਫਾਈ ਦੀ ਲੋੜ ਪਏਗੀ ਇਹ ਆਪ ਜੀ ਦੇਖ ਰਹੇ ਹੋ ਕਿ ਇਹ ਸਾਡਾ ਹੁਣ ਬੇਸ ਤਿਆਰ ਹੋ ਗਿਆ ਮਾਫ ਕਰਨਾ ਜੇ ਮੈਂ ਬੇਸ ਕਿਹਾ ਕਿ ਮੈਨੂੰ ਇਹਦਾ ਪੰਜਾਬੀ ਵਰਡ ਨਹੀਂ ਪਤਾ ਗੁਰੂ ਸਾਹਿਬ ਮੇਹਰ ਕਰਨ ਮੈਨੂੰ ਬਖਸ਼ ਲੈਣ ਹੁਣ ਆਪ ਜੀ ਦੇਖ ਸਕਦੇ ਹੋ ਕਿ ਇਹ ਆਪ ਜੀ ਦੀ ਛੋਟੀ ਦਸਤਾਰ ਕੇਸ ਜੀ ਸਜ ਚੁੱਕੀ ਹੈ ਇਹ ਆਪ ਜੀ ਦੋ ਦਸਤਾਰਾਂ ਸਜਾ ਚੁੱਕੇ ਹੋ ਇਹ ਜਿਹੜਾ ਗੁਰਸਿੱਖੀ ਵਿੱਚ ਕੰਪਲਸਰੀ ਵੀ ਹੈ ਕਿ ਦੋ ਦਸਤਾਰਾਂ ਬਣਨੀ ਜ਼ਰੂਰੀ ਹੈ ਹੁਣ ਮੇਰੇ ਕੋਲ 6 ਮੀਟਰ ਦੀ ਦਸਤਾਰ ਸੀਗੀ ਜਿਸਨੂੰ ਮੈਂ ਦੋ ਹਿੱਸੇ ਵਿੱਚ ਪਾੜ ਲਿਆ ਅਤੇ ਹੁਣ ਮੇਰੇ ਕੋਲ ਇਹ ਅੱਧੋ ਅੱਧੀ ਦੋ ਦਸਤਾਰਾਂ ਹੈਗੀਆਂ ਮੇਰੇ ਕੋਲ ਇੱਕ ਇਹ ਅਤੇ ਇੱਕ ਹੋਰ ਪਈ ਹੈ ਅਤੇ ਆਪ ਜੀ ਸਭ ਤੋਂ ਪਹਿਲਾਂ ਜਦੋਂ ਦਸਤਾਰ ਲੈ ਕੇ ਆਉਂਦੇ ਹੋ ਅਤੇ ਜਿਵੇਂ ਫੁੱਲ ਵੈਲ ਦਾ ਕੱਪੜਾ ਲੈ ਕੇ ਆਏ ਪੂਰਾ ਚੌੜਾ ਹੋਏਗਾ ਉਹਨੂੰ ਅੱਧੋ ਅੱਧ ਕਰ ਲੈਣਾ ਅਤੇ ਇੰਨਾ ਬਣ ਜਾਏਗਾ ਹਿੱਸਾ ਹੁਣ ਤੁਸੀਂ ਕੀ ਕਰਨਾ ਹੈ ਇਸ ਨੂੰ ਇੱਕ ਪਾਸੇ ਗਿਠਾਨ ਮਾਰ ਸਕਦੇ ਹੋ ਗਿਠਾਨ ਮਾਰ ਕੇ ਜਿਹੜਾ ਗਿਠਾਨ ਵਾਲਾ ਪਾਸਾ ਹੈਗਾ
ਕਈ ਵਾਰ ਤੁਸੀਂ ਦੇਖਦੇ ਹੋ ਕਿ ਕਈ ਅੱਗੋਂ ਦੀ ਸਟਾਰਟ ਕਰਦੇ ਨੇ ਜਿਵੇਂ ਇਹ ਦੇਖੋ ਇਸ ਤਰੀਕੇ ਨਾਲ ਤੁਸੀਂ ਇਹ ਦੇਖੋਗੇ ਤੇ ਗਿਠਾਨ ਅੱਗੇ ਆ ਜਾਏਗੀ ਇੱਥੇ ਤੁਹਾਨੂੰ ਥੋੜੀ ਪ੍ਰੋਬਲਮ ਹੋਏਗੀ ਇਸ ਕਰਕੇ ਤੁਸੀਂ ਦੂਸਰਾ ਤਰੀਕਾ ਹੈਗਾ ਇਹ ਗਿਠਾਨ ਨੂੰ ਪਿੱਛੇ ਲੈ ਜਾਓ ਹੁਣ ਆਪ ਜੀ ਦੇਖ ਸਕਦੇ ਹੋ ਇਹ ਪਲੇਨ ਆ ਗਿਆ ਹਿੱਸਾ ਇੱਥੇ ਕੋਈ ਗਿਠਾਨ ਵਗੈਰਾ ਕੁਛ ਨਜ਼ਰ ਨਹੀਂ ਆਏਗਾ ਆਪ ਜੀ ਨੂੰ ਆਹ ਹਿੱਸਾ ਪਲੇਨ ਆ ਗਿਆ ਤੇ ਇੱਕ ਹੋਰ ਤਰੀਕਾ ਹੈ ਜੇ ਤੁਸੀਂ ਆਪ ਜੀ ਗਿਠਾਨ ਨਹੀਂ ਬਣਨਾ ਚਾਹੁੰਦੇ ਤੇ ਇਹਨੂੰ ਖੁੱਲ੍ਹਾ ਵੀ ਕਰ ਸਕਦੇ ਹੋ ਇਹ ਆਪ ਜੀ ਦੇ ਉੱਪਰ ਹੈ ਕਿ ਦੁਮਾਲਾ ਕਿਸ ਤਰੀਕੇ ਨਾਲ ਸਜਾਉਣਾ ਹੈ ਇਹ ਕੋਈ ਕਾਪੀ ਨਾ ਕਰੋ ਆਪ ਜੀ ਸਿਰਫ ਮੈਥਡ ਦੇਖੋ ਕਿ ਕਿਵੇਂ ਸਜਾਇਆ ਜਾ ਸਕਦਾ ਹੈ ਅਤੇ ਉਸਨੂੰ ਫੋਲੋ ਕਰੋ ਜਿੰਨੀ ਵਾਰ ਸਜਾਓਗੇ ਉੱਨੀ ਵਾਰ ਆਪ ਜੀ ਨੂੰ ਪਤਾ ਲੱਗੇਗਾ ਕਿ ਕਿਵੇਂ ਕਿਵੇਂ ਸਜਾਇਆ ਜਾ ਸਕਦਾ ਹੈ ਅਤੇ ਆਪ ਜੀ ਦਾ ਹੱਥ ਸੈੱਟ ਹੁੰਦਾ ਜਾਏਗਾ ਹੁਣ ਮੈਂ ਗਿਠਾਨ ਖੋਲ੍ਹ ਦਿੱਤੀ ਹੈ ਹੁਣ ਮੈਂ ਇਸ ਨੂੰ ਬਿਨਾਂ ਗਿਠਾਨ ਦੇ ਬੰਨਾਂਗਾ ਜਿਵੇਂ ਅਸੀਂ ਅੰਦਰ ਵਾਲੀ ਦਸਤਾਰ ਸਜਾਈ ਸੀਗੀ ਉਵੇਂ ਹੀ ਅਸੀਂ ਸਜਾਵਾਂਗੇ ਇਸ ਨੂੰ ਮੈਂ ਅੱਧੋ ਅੱਧਾ ਮੋੜ ਲਾਂਗਾ ਥੋੜ੍ਹਾ ਹਿੱਸਾ ਮੋੜ ਲਿਆ ਅੰਦਰ ਆਪ ਜੀ ਦੇਖ ਸਕਦੇ ਹੋ ਕਿ ਅੱਧੋ ਅੱਧਾ ਹਿੱਸਾ ਮੈਂ ਇੰਨਾ ਕੁ ਹਿੱਸਾ ਅੰਦਰ ਮੋੜ ਲਿਆ ਮੈਨੂੰ ਵੈਸੇ ਪਿੱਛੇ ਜਿਵੇਂ ਛੋਟੀ ਦਸਤਾਰ ਸਜਾਈ ਸੀਗੀ ਉਸੇ ਤਰੀਕੇ ਨਾਲ ਅੰਦਰ ਫਸਾ ਕੇ ਕੰਨ ਦੇ ਅੰਦਰੋਂ ਲੈ ਜਾਈਏ ਕੰਨ ਅਸੀਂ ਅਜੇ ਬਾਹਰ ਰੱਖਾਂਗੇ ਬਾਅਦ ਦੇ ਵਿੱਚ ਅਸੀਂ ਕੰਨ ਨੂੰ ਅੰਦਰ ਕਰਾਂਗੇ ਅਜੇ ਆਪ ਜੀ ਦੇਖ ਸਕਦੇ ਹੋ ਕਿ ਪਹਿਲਾਂ ਇਹਨੂੰ ਸਫਾਈ ਵਾਸਤੇ ਇਹ ਟਾਈਟ ਕਰਨ ਵਾਸਤੇ ਪਕੜ ਬਣ ਜਾਏਗੀ ਇਹਦੇ ਨਾਲ ਹੁਣ ਤੁਸੀਂ ਇਹਨੂੰ ਲੈ ਕੇ ਜਾਓਗੇ ਅਤੇ ਇਹ ਪਕੜ ਬਣ ਜਾਏਗੀ ਪੂਰਾ ਦੁਮਾਲਾ ਹਿੱਲੇਗਾ ਨਹੀਂ ਆਪ ਜੀ ਦਾ ਇਹ ਤੁਸੀਂ ਦੇਖ ਸਕਦੇ ਹੋ ਕਿ ਦੁਮਾਲਾ ਹਿੱਲ ਨਹੀਂ ਰਿਹਾ ਮੈਨੂੰ ਗੁਰਸਿੱਖ ਵੀਰ ਜੀ ਦੀ ਗੱਲ ਯਾਦ ਆਈ ਇੱਕ ਸਿੰਘ ਸੀਗੇ ਉਹਨਾਂ ਨੇ ਕਿਹਾ ਸੀਗਾ ਉਹਨਾਂ ਦੀ ਅਰਦਾਸ ਸੀਗੀ ਕਿ ਕਦੇ ਵੀ ਜਦੋਂ ਵੀ ਮੈਂ ਸ਼ਹੀਦ ਹੋਵਾਂ ਅਤੇ ਮੇਰਾ ਦੁਮਾਲਾ ਕਦੇ ਨਾ ਉਤਰੇ ਅਤੇ ਉਹ ਇੰਨਾ ਮਜ਼ਬੂਤ ਇੰਨਾ ਟਾਈਟ ਦੁਮਾਲਾ ਬੰਦੇ ਸੀਗੇ ਅਤੇ ਸੱਚੀ ਵਿੱਚ ਗੁਰੂ ਸਾਹਿਬ ਨੇ ਉਹਨਾਂ ਦੀ ਅਰਦਾਸ ਨੂੰ ਕਬੂਲ ਕੀਤਾ ਜਦੋਂ ਉਹਨੇ ਸ਼ਹੀਦੀ ਹੋਈ ਤਾਂ ਦਸਤਾਰ ਉਹਨਾਂ ਦੀ ਲੱਥੀ ਨਹੀਂ ਸੀਗੀ ਅਤੇ ਆਪ ਜੀ ਵੀ ਕੋਸ਼ਿਸ਼ ਕਰਿਆ ਕਰੋ ਕਿ ਦਸਤਾਰ ਐਵੇਂ ਸਜਾਉਣੀ ਹੈ ਕਿ ਲੱਥੇ ਨਾ ਅਤੇ ਆਪ ਜੀ ਇਸੇ ਤਰੀਕੇ ਨੂੰ ਅੱਗੇ ਵਧਾਉਂਦੇ ਹੋਏ ਉੱਪਰ ਉੱਪਰ ਲੈ ਜਾਓਗੇ ਅਭੀ ਦੇਖ ਰਹੇ ਹੋ ਮੈਂ ਅਜੇ ਕੋਈ ਵੀ ਸਫਾਈ ਵਾਲੀ ਗੱਲ ਨਹੀਂ ਕਰ ਰਿਹਾ ਸਿਰਫ ਇਹਨੂੰ ਉੱਪਰ ਚੜਾਈ ਜਾ ਰਿਹਾ ਤੇ ਪਿੱਛੇ ਕਰੀ ਜਾਓ ਦੁਮਾਲੇ ਦੀ ਹਾਈਟ ਵਧਾਉਣੀ ਹੈ ਆਪ ਜੀ ਫੁੱਲਵੇਅਰ ਕੱਪੜਾ ਲੈ ਸਕਦੇ ਹੋ ਜਾਂ ਜੋ ਆਪ ਜੀ ਨੂੰ ਰੂਬੀਆ ਜਾਂ ਕੋਈ ਵੀ ਇੱਦਾਂ ਦਾ ਕੱਪੜਾ ਕੰਫਰਟੇਬਲ ਲੱਗੇ ਉਹ ਲੈ ਸਕਦੇ ਹੋ ਤੁਸੀਂ ਦੋ ਤਿੰਨ ਵਾਰ ਤਿੰਨ ਵਾਰ ਚਾਰ ਵਾਰ ਇਹਨੂੰ ਲਪੇਟੋਗੇ ਅਤੇ ਉੱਪਰੋਂ ਇਹ ਹੁਣ ਥੋੜ੍ਹਾ ਥੋੜ੍ਹਾ ਸਫਾਈ ਕਰ ਦਿੱਤੀ ਸਫਾਈ ਵਾਸਤੇ ਕੀ ਕਰਨਾ ਆਪ ਜੀ ਨੂੰ ਇਹ ਜਿਹੜਾ ਲੜ ਹੈਗਾ ਇਸ ਨੂੰ ਪਿੱਛੇ ਲੈ ਕੇ ਜਾਣਾ ਅਤੇ ਇਹ ਅੰਦਰ ਫਸਾ ਦੇਣਾ ਅਤੇ ਹੁਣ ਇਹ ਇੱਦਾਂ ਹੀ ਹੁਣ ਆਪ ਜੀ ਦੇ ਕੋਲ ਜੋ ਵੀ ਦਸਤਾਰ ਬਚੀ ਹੈ ਇੱਕ ਵਾਰ ਹੋਰ ਲਪੇਟ ਕੇ ਹੁਣ ਸਾਨੂੰ ਸ਼ੇਪ ਦੇਣੀ ਹੈ ਸ਼ੇਪ ਦੇਣ ਵਾਸਤੇ ਹੁਣ ਕੀ ਕਰਨਾ ਇਹ ਹੁਣ ਡਬਲ ਲੈ ਲਿਆ ਸੀ ਡਬਲ ਨੂੰ ਲੈ ਕੇ ਇਹ ਜਿਹੜਾ ਦੁਮਾਲਾ ਤੁਸੀਂ ਦੇਖ ਰਹੇ ਹੋ ਇਹ ਡਬਲ ਲੈ ਲਿਆ ਸੀ ਹੁਣ ਡਬਲ ਲੈ ਕੇ ਇਹਨੂੰ ਉੱਪਰੋਂ ਲੈ ਕੇ ਜਾਣਾ ਅਤੇ ਅੱਖ ਦੇ ਉੱਪਰ ਲੈ ਕੇ ਜਾਣਾ ਅਤੇ ਅੱਧੀ ਅੱਖ ਨੂੰ ਅਸੀਂ ਕਵਰ ਕਰ ਲੈਣਾ ਅੱਧੀ ਅੱਖ ਅਤੇ ਪੂਰਾ ਕੰਨ ਕਵਰ ਕਰ ਲੈਣਾ ਯਾਦ ਰੱਖਣਾ ਜੇ ਕੰਨ ਚੁੱਭ ਰਿਹਾ ਤਾਂ ਉਹਨੂੰ ਪੂਰਾ ਕਵਰ ਕਰਨਾ ਤਾਂ ਕਿ ਉਹ ਚੁੱਭੇ ਨਾ ਜੇ ਚੁੱਭ ਰਿਹਾ ਤਾਂ ਉਹਨੂੰ ਪਹਿਲਾਂ ਸੈੱਟ ਕਰਨਾ ਕਿਉਂਕਿ ਸੈੱਟ ਕਰਨ ਤੋਂ ਬਾਅਦ ਕੰਨ ਨਹੀਂ ਹਿੱਲੇਗਾ ਅਤੇ ਆਪ ਜੀ ਕੰਨ ਨੂੰ ਕਵਰ ਕਰੋਗੇ ਉਸ ਤੋਂ ਬਾਅਦ ਇੱਧਰੋਂ ਐਵੇਂ ਦਾ ਐਵੇਂ ਹੀ ਘੁਮਾ ਕੇ ਪਿੱਛੋਂ ਦੀ ਸੇਮ ਐਵੇਂ ਹੀ ਉਹਨੂੰ ਉੱਪਰ ਲੈ ਕੇ ਜਾਣਾ
ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇੱਕ ਵਾਰ ਅਸੀਂ ਲੈ ਕੇ ਜਾ ਚੁੱਕੇ ਹਾਂ ਅਤੇ ਸ਼ੇਪ ਬਣਨੀ ਸ਼ੁਰੂ ਹੋ ਚੁੱਕੀ ਹੈ। ਅਤੇ ਇਸ ਤੋਂ ਬਾਅਦ ਜਦੋਂ ਤੁਸੀਂ ਦੂਸਰਾ ਦੁਮਾਲਾ ਦੂਸਰਾ ਲੈ ਕੇ ਜਾਓਗੇ ਦੁਮਾਲੇ ਦਾ, ਅਤੇ ਇਸ ਨੂੰ ਵੀ ਇਸੇ ਤਰੀਕੇ ਨਾਲ ਕੰਨ ਦੇ ਉੱਪਰ ਲੈ ਕੇ ਜਾਣਾ ਹੈ, ਹਲਕਾ ਜਿਹਾ ਉੱਪਰ ਰੱਖਣਾ ਤਾਂ ਕਿ ਇਹ ਔਰ ਪੂਰਾ ਖਿਲਾਰ ਕੇ ਰੱਖਣਾ ਤਾਂ ਕਿ ਪਕੜ ਬਣ ਜਾਏ, ਕੰਨ ਵੀ ਟੱਕ ਜਾਏ ਅਤੇ ਦੁਮਾਲਾ ਹਿਲੇ ਨਾ। ਇਸ ਤੋਂ ਬਾਅਦ ਤੁਸੀਂ ਜਿਹੜਾ ਇਸ ਤੋਂ ਬਾਅਦ ਜਿਹੜਾ ਤੁਸੀਂ ਦੂਸਰਾ ਵਾਲਾ ਜਿਹੜਾ ਲੈ ਕੇ ਜਾ ਰਹੇ ਹੋ ਅਤੇ ਇਹ ਵਾਲਾ ਵੀ ਇਸੇ ਤਰੀਕੇ ਨਾਲ ਇਹ ਕੰਨ ਦੇ ਉੱਪਰ ਹਲਕਾ ਜਿਹਾ ਰੱਖਣਾ ਹੈ। ਇਹ ਪਹਿਲੇ ਵਾਲੇ ਦੁਮਾਲੇ ਪਹਿਲੇ ਵਾਲੇ ਲੜ ਤੋਂ ਇੱਕ ਲੜ ਜਿਹੜਾ ਤੁਸੀਂ ਲੈ ਕੇ ਜਾ ਰਹੇ ਹੋ ਇਹ ਤੁਸੀਂ ਦੇਖ ਸਕਦੇ ਹੋ, ਇਹ ਹਲਕਾ ਜਿਹਾ ਇਸ ਤੋਂ ਉੱਪਰ ਰੱਖਣਾ ਹੈ। ਠੀਕ ਹੈ, ਆਪ ਵੀ ਇਸਨੂੰ ਇਹ ਘੁੰਮਾਉਂਦੇ ਹੋਏ ਲੈ ਕੇ ਜਾਓਗੇ। ਅਤੇ ਇਹ ਹੁਣ ਅੱਜ ਹੀ ਦੇਖ ਰਹੇ ਹੋ ਕਿ ਇਹ ਜਿਹੜੇ ਲੈ ਕੇ ਜਾ ਰਹੇ ਇਹ ਉੱਪਰੋਂ ਦੀ ਉੱਪਰ ਹੀ ਆਏਗਾ ਅਤੇ ਇਹ ਚੰਨ ਬਣਾਉਂਦੇ ਅੱਜ ਇਹ ਚੰਨ ਬਣਾਉਂਦੇ ਹੋਏ ਤੁਸੀਂ ਦੇਖ ਸਕਦੇ ਹੋ ਕਿ ਕਈ ਜਿਵੇਂ ਕਰਦੇ ਨੇ ਕਿ ਫਸਟ ਵਾਲਾ ਲੜ ਜਿਹੜਾ ਹੁੰਦਾ ਹੈ ਉਹ ਚੰਨ ਬਣਾਉਂਦੇ ਹੋਏ ਆਪ ਜੀ ਪੂਰਾ ਖਿਲਾਰ ਕੇ ਰੱਖਦੇ ਨੇ, ਉਸ ਨਾਲ ਕੀ ਹੁੰਦਾ ਹੈ ਕਿ ਇੱਕ ਹੀ ਲੜ ਆਪ ਜੀ ਨੂੰ ਨਜ਼ਰ ਆਉਂਦਾ ਹੈ। ਇਹ ਜਿਹੜਾ ਲੜ ਹੈ ਇੱਕ ਹੀ ਨਜ਼ਰ ਆ ਰਿਹਾ, ਆਪ ਜੀ ਇਸ ਤੋਂ ਵਧੀਆ ਕੀ ਕਰ ਸਕਦੇ ਹੋ ਕਿ ਇੱਕ ਇਹਨੂੰ ਹਲਕਾ ਜਿਹਾ ਖਿੱਚੋਗੇ ਅਤੇ ਇੱਕ ਹੀ ਲੜ ਦੇ ਤਿੰਨ ਲੜ ਚਾਰ ਲੜ ਜਾਂ ਦੋ ਲੜ ਬਣਾ ਸਕਦੇ ਹੋ। ਹੁਣ ਮੈਂ ਇਸ ਨੂੰ ਹਲਕਾ ਹਲਕਾ ਖਿੱਚ ਕੇ ਥੱਲੇ ਲੈ ਕੇ ਜਾ ਰਿਹਾ, ਜਿਸ ਦੇ ਨਾਲ ਆਪ ਜੀ ਦੇਖ ਸਕਦੇ ਹੋ ਕਿ ਇੱਕ ਹੀ ਲੜ ਦੇ ਨਾਲ ਤਿੰਨ ਲੜ ਬਣਦੇ। ਮੈਂ ਫਿਰ ਦੁਬਾਰਾ ਦੱਸਦਾ ਕਿ ਜਿਵੇਂ ਜਿਵੇਂ ਆਪ ਜੀ ਦੁਮਾਲਾ ਸਜਾਓਗੇ ਆਪ ਜੀ ਨੂੰ ਹੈਬਿਟ ਹੋ ਜਾਏਗੀ ਤਾਂ ਆਪ ਜੀ ਨੂੰ ਪਤਾ ਲੱਗੇਗਾ ਕਿ ਆਪ ਕੀ ਕੀ ਕਰ ਸਕਦੇ ਹੋ ਅਤੇ ਕਿਵੇਂ ਕਿਵੇਂ ਬਣ ਸਕਦੇ ਹੋ। ਬਸ ਵੱਧ ਤੋਂ ਵੱਧ ਪ੍ਰੈਕਟਿਸ ਕਰੋ, ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕਰੋ ਕਿ ਸੰਭਾਲ ਆ ਜਾਵੇ। ਹੁਣ ਤੀਸਰਾ ਵਾਲਾ ਲੜ ਇੱਕ ਦੋ ਤਿੰਨ ਆਪ ਜੀ ਦੇ ਸਕਦੇ ਹੋ ਕਿ ਤਿੰਨ ਨਾਲ ਦੇ ਨਾਲ ਨਾਲ ਦੇ ਨਾਲ ਤਿੰਨ ਸਜ ਗਏ, ਇੱਕ ਦੋ ਤਿੰਨ ਤਿੰਨ ਬਣ ਗਏ ਇੱਕ ਹੀ ਲੜ ਦੇ, ਅਤੇ ਜ਼ਿਆਦਾ ਗੈਪ ਨਹੀਂ ਰੱਖਣਾ, ਬਰਾਬਰ ਗੈਪ ਰੱਖਣਾ। ਉਸ ਤੋਂ ਬਾਅਦ ਸੇਮ ਪ੍ਰੋਸੀਜਰ ਐਵੇਂ ਕਰਨਾ ਹੈ, ਆਪ ਉੱਪਰੋਂ ਪਿੱਛੋਂ ਦੇ ਉੱਪਰੋਂ ਲੈ ਕੇ ਜਾਓਗੇ, ਉਸ ਤੋਂ ਬਾਅਦ ਥੱਲੇ ਲੈ ਕੇ ਆਉਂਦੇ ਹੋਏ ਦੋ ਜਾਂ ਤਿੰਨ ਲੜ, ਜ਼ਿਆਦਾ ਲੜ ਦੀ ਕੋਸ਼ਿਸ਼ ਨਹੀਂ ਕਰਨੀ, ਜ਼ਿਆਦਾ ਲੜ ਦੀ ਕੋਸ਼ਿਸ਼ ਕਰੋਗੇ ਤਾਂ ਥੋੜ੍ਹੀ ਦਿੱਕਤ ਹੋ ਸਕਦੀ ਹੈ। ਇਸ ਤੋਂ ਬਾਅਦ ਆਪ ਜੀ ਦੇਖ ਸਕਦੇ ਹੋ ਕਿ ਹੁਣ ਇੱਕ ਦੋ ਤਿੰਨ ਚਾਰ ਪੰਜ ਹੋ ਗਏ, ਪੰਜ ਲੜ ਦੋ ਲੜ ਦੇ ਨਾਲ ਪੰਜ ਲੜ ਬਣਾ ਸਕਦੇ ਹੋ ਤੁਸੀਂ। ਹੁਣ ਜਿਹੜਾ ਬਾਕੀ ਜਿਹੜਾ ਦੁਮਾਲਾ ਆਪ ਜੀ ਦਾ ਬੱਚਾ ਹੈਗਾ, ਅਗਰ ਛੋਟਾ ਹੈਗਾ, ਅਗਰ ਵੱਡਾ ਹੈ ਤਾਂ ਆਪ ਜੀ ਇਸਨੂੰ ਦੁਬਾਰਾ ਚੰਨ ਬਣਾ ਸਕਦੇ ਹੋ, ਜੇ ਨਹੀਂ ਹੈ ਤਾਂ ਆਪ ਜੀ ਇਸਨੂੰ ਇੱਥੇ ਹੀ ਦਬਾ ਦਿਓ, ਇਹ ਉੱਪਰੋਂ ਲੈ ਜਾਓ, ਥੋੜ੍ਹਾ ਜਿਹਾ ਖਿਲਾਰ ਕੇ ਲੈ ਕੇ ਜਾਣਾ ਤਾਂ ਕਿ ਆਪਦੀ ਸ਼ੇਪ ਜਿਹੜੀ ਦੁਮਾਲੇ ਦੀ ਖਰਾਬ ਨਾ ਹੋਵੇ, ਇਸਨੂੰ ਹੁਣ ਪਿੱਛੇ ਫਸਾ ਲਓਗੇ। ਹੁਣ ਇਹ ਸਾਡਾ ਪਹਿਲਾ ਵਾਲਾ ਦੁਮਾਲਾ ਜਿਹੜਾ ਹੈਗਾ ਪਹਿਲਾਂ ਉਹ ਬਣ ਗਿਆ ਹੈਗਾ, ਉਸ ਤੋਂ ਬਾਅਦ ਅਸੀਂ ਇੱਕ ਹੋਰ ਦੁਮਾਲਾ ਬਣਾਂਗੇ।